ਬਲਦੇਵ ਸਿੰਘ ਦਾ ਨਾਵਲ ਅਫਲਾ ਤੂਦਾ ਪੰਜਵੀਂ ਭਾਗ ਦਾ ਅਗਲਾ ਹਿੱਸਾ ਹੁਣ ਦਿਨ ਵੇਲੇ ਘਰ ਚ ਨੂ ਤੇ ਕਲਾਵੰਤੀ ਰਹਿ ਜਾਂਦੀਆਂ ਸਾਰਾ ਦਿਨ ਕਲਾਵੰਤੀ ਨੂ ਕੋਲ ਬਿਧੀ ਚਾਂਦੀਆਂ ਗੱਲਾਂ ਕਰਦੀ ਰਹਿੰਦੀ ਨੂ ਹੈਰਾਨ ਸੀ ਇੰਨੇ ਮਹੀਨੇ ਹੋ ਗਏ ਆਖਰ ਚਾਈ ਦਾ ਪੁੱਤ ਚਲਾ ਕਿੱਧਰ ਗਿਆ ਹੋਇਆ ਕਲਾਵੰਤੀ ਦੱਸਦੀ ਥੀ ਏ 6 ਫੁੱਟ ਦਾ ਮੇਰਾ ਪੁੱਤ ਸ਼ੇਰ ਵਰਗਾ ਜਿਗਰਾ ਕੋਡੀ ਖੇਡਣ ਲੱਗਦਾ ਤਾਂ ਕਿਸੇ ਤੋਂ ਫੜਿਆ ਨਾ ਰਹਿੰਦਾ ਹੁਲਦਾ ਤਾਂ ਹਰ ਇੱਕ ਦੀ ਕੰਡ ਲਾ ਦਿੰਦਾ ਪਤਾ ਨਹੀਂ ਕਿਹੜੇ ਦੁਖੀ ਦੀ ਬੇੜੀ ਡੁੱਬ ਗਈ ਉਹ ਤੋਂ ਅੱਗੋਂ ਗੱਲ ਨਾ ਹੁੰਦੀ ਰੋਣ ਬਹਿ ਜਾਂਦੇ ਨੂੰ ਸਸਤਾ ਦਿਨ ਅਜੀਆਂ ਗੱਲਾਂ ਨਾਲ ਹੀ ਬੀਤਦਾ ਦਿਨ ਛਿਪੇ ਸਾਧੂ ਰਾਮ ਮੰਡੀਓ ਮੋੜਦਾ ਘਰ 'ਚ ਥੋੜੀ ਰੌਣਕ ਆ ਜਾਂਦੀ ਇੱਕ ਦਿਨ ਸਾਧੂ ਰਾਮ ਦੀ ਘਰ ਵਾਲੀ ਨੇ ਕਿਹਾ ਚਾਈ ਚੱਜ ਨਾਲ ਕੁਝ ਖਾਂਦੀ ਪੀਂਦੀ ਨਹੀਂ ਆਖ ਦਿੰਦੀ ਐ ਭੁੱਖ ਮਰ ਗਈ ਐ ਕਈ ਵਾਰ ਰਾਤ ਵੇਲੇ ਬਿਨਾਂ ਖਾਧਿਆਂ ਸੌਂ ਜਾਂਦੀ ਐ ਆਪਾਂ ਮੰਡੀ ਕਿਸੇ ਡਾਕਟਰ ਨੂੰ ਦਿਖਾਈਏ ਦੇਵੀ ਨਾ ਕਰੇ ਚਾਈ ਨੂੰ ਕੁਝ ਹੋ ਜਾਏ ਮੈਂ ਇਥੇ ਕੱਲੀ ਕਿੱਦਾਂ ਰਹੂੰ ਪਹਿਲਾਂ ਤੂੰ ਕਦੇ ਗੱਲ ਨਹੀਂ ਕੀਤੀ ਸਾਧੂ ਰਾਮ ਨੇ ਫਿਕਰ ਨਾਲ ਪੁੱਛਿਆ ਪਹਿਲਾਂ ਤਾਂ ਮੇਰੇ ਕਹਨ ਤੇ ਖਾ ਲੈਂਦੀ ਸੀ ਹੁਣ ਦੁਪਹਿਰੇ ਮੁਸ਼ਕਲ ਨਾਲ ਇੱਕ ਫੁਲਕਾ ਖਾਂਦੀ ਐ ਰਾਤ ਵੇਲੇ ਇੱਕ ਵੀ ਨਹੀਂ ਖਾਂਦੀ ਬਥੇਰਾ ਆਖਦੀ ਐ ਚਾਈ ਇਦਾਂ ਤਾਂ ਬਿਮਾਰ ਪੈ ਜਾਏਗੀ ਕਹਿੰਦੀ ਐ ਕਿਸੇ ਚੀਜ਼ ਨੂੰ ਰੋਈ ਨਹੀਂ ਕਰਦੀ ਜਿਹੜੀ ਚੀਜ਼ ਮੰਗਦੀ ਉਹ ਬਣਾ ਦਿਆ ਕਰ ਮੈਂ ਤਾਂ ਦਾਲ ਵੀ ਪੁੱਛ ਕੇ ਧਰਦੀਆਂ ਚਾਹ ਕੀ ਬਣਾਵਾ ਆਖ ਦਿੰਦੀ ਐ ਬਹੂ ਜੋ ਤੇਰਾ ਜੀ ਕਰਦਾ ਬਣਾ ਲੈ ਸਾਧੂ ਰਾਮ ਸੋਚੀ ਬੈ ਗਿਆ ਫਿਰ ਕੁਛ ਛੇਰ ਬਾਅਦ ਬੋਲਿਆ ਕੱਲ ਮੈਂ ਮੰਡੀ ਕੇ ਡਾਕਟਰ ਨਾਲ ਗੱਲ ਕਰਕੇ ਆਵਾਂਗਾ ਜਿਉਂਨੇ ਕਿਹਾ ਚਾਹ ਨੂੰ ਲਿਆ ਕੇ ਦਿਖਾਓ ਫਿਰ ਇਹਨੂੰ ਮੰਡੀ ਲੈ ਜਾ। ਸਵੇਰੇ ਮੰਡੀ ਜਾਣ ਤੋਂ ਪਹਿਲਾਂ ਸਾਧੂ ਰਾਮ ਚਾਹਈ ਤੋਂ ਕਿੰਨੀਆਂ ਹੀ ਗੱਲਾਂ ਪੁੱਛਦਾ ਰਿਹਾ। ਚਾਹਈ ਨੇ ਸੰਸੇ ਨਾਲ ਕਿਹਾ ਪੁੱਤ ਐਵੇਂ ਨਾ ਡਾਕਟਰਾਂ ਕੋਲ ਪੈਸੇ ਪੱਟੇ ਕੁਛ ਨਹੀਂ ਹੋਇਆ ਵਾ ਮੈਨੂੰ। ਰੁੱਤ ਬਦਲਦੀ ਨਾਲ ਸਰੀਰ ਟਲਮਟਾ ਰਹਿੰਦਾ ਆਪੇ ਠੀਕ ਹੋ ਜਾਉ ਦਵਾਈ ਨਾ ਲਿਆਈ ਮੈਂ ਨਹੀਂ ਖਾਣੀ ਫੇਰ ਆਖੇਗਾ ਚਾਹੀ ਕੋਈ ਪੀਣ ਵਾਲੀ ਦਵਾਈ ਲਿਆਉ ਭੁੱਖ ਲਾਉਣ ਵਾਲੀ ਤੇਰੀ ਬਹੂ ਨੀਲੂ ਆਖਦੀ ਐ ਚਾਹੀ ਨੂੰ ਭੁੱਖ ਨਹੀਂ ਲੱਗਦੀ ਸਾਧੂ ਰਾਮ ਮੋਰ ਨਾਲ ਚਾਹੀ ਦੇ ਮੁੰਡੇ ਘੁੱਟਣ ਲੱਗਦੇ ਇਹ ਤਾਂ ਐਵੇਂ ਫਿਕਰ ਕਰਦੀ ਰਹਿੰਦੀ ਐ ਕੁਛ ਨਹੀਂ ਹੋਇਆ ਮੈਨੂੰ ਅਸਿਆਲ ਲੰਘ ਜਾਣ ਦੇ ਚੰਗੀ ਭਲੀ ਹੋ ਜੂ ਦੇਖ ਲਈ ਚਾਹੀ ਨੇ ਤਸੱਲੀ ਦਿੱਤੀ ਤੂੰ ਹੁਣ ਵੀ ਚੰਗੀ ਭਲੀਆਂ ਚਾਹੀ ਅੰਦਰ ਬੈਠੀ ਰਿਆ ਕਰ ਰਜਾਈ ਲੈ ਕੇ ਨੀਲੂ ਕਰੂ ਆਪੇ ਸਾਰਾ ਕੰਮ ਦੋਤਾ ਜੀ ਆ ਤੁਸੀਂ ਮੇ ਪੁੱਤ ਹੁਣ ਕਿਹੜਾ ਐ ਮੈਨੂੰ ਹੱਥ ਲਾਉਣ ਦਿੰਦੀ ਐ ਕੰਮ ਨੂੰ ਚੰਗੇ ਕਰਦੀ ਐ ਤੇਰੀ ਬਹੂ ਸੰਸਕਾਰਾਂ ਵਾਲੀ ਐ ਜਿਉਂਦੇ ਵਾਸਤੇ ਰਹਿਣੇ ਤੇ ਮਾਪੇ ਭਾਈ ਮੈਂ ਤਾਂ ਦੋਹਾਂ ਵੇਲੇ ਦੇਵੀ ਮਾਂ ਅਗੇ ਹੱਥ ਜੋੜਦੀ ਆ ਹੁਣ ਨਾ ਮੈਨੂੰ ਔਲਾਦ ਵੱਲੋਂ ਤੱਤੀ ਵਾ ਆਵੇ ਕਲਾਮੰਤੀ ਹੱਥ ਜੋੜੀ ਮੱਥੇ ਨੂੰ ਲਾਈ ਕਿਨਾਂ ਚੇ ਰੱਖਾਂ ਬੰਦ ਕਰਕੇ ਬੈਠੀ ਰਹੀ ਚਾਈ ਤੂੰ ਹੀ ਖਾਇਆ ਪੀਆ ਕਰ ਜੇ ਤੈਨੂੰ ਕੁਝ ਹੋ ਗਿਆ ਸਾਡੇ ਸਿਰਾਂ ਤੋਂ ਤਾਂ ਬਿਨਾ ਪੁੱਤ ਹੁਣ ਇਹੋ ਜੀ ਗੱਲਾਂ ਸੁਣਨ ਜੋਗੀ ਕਿੱਥੇ ਆਵੇਂ ਕਲਾਵੰਤੀ ਨੇ ਸਾਧੂ ਰਾਮ ਦੇ ਮੂੰਹ ਤੇ ਹੱਥ ਰੱਖਦਾ ਸਾਧੂ ਰਾਮ ਚਾਈ ਵੱਲ ਵੇਖ ਕੇ ਫਿੱਕਾ ਜਿਹਾ ਹੱਸਿਆ ਚੰਗਾ ਚੱਜ ਨਾਲ ਖਾਇਆ ਪੀਆ ਕਰ ਤੇ ਮੰਡੀ ਜਾਣ ਲਈ ਤਿਆਰ ਹੋਣ ਲੱਗਾ ਹਫਤਾਕ ਲੰਘਿਆ ਕਲਾਵੰਤੀ ਇੱਕ ਦਿਨ ਅਚਾਨਕ ਢਿੱਲੀ ਹੋ ਗਈ ਸਾਧੂ ਰਾਮ ਨੂੰ ਮੰਡੀ ਸੁਨੇਹਾ ਭੇਜਿਆ ਵਾਕੇ ਕਲਾਵੰਤੀ ਨੂੰ ਮੰਡੀ ਦੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਦੱਸਿਆ ਕਮਜ਼ੋਰੀ ਬਹੁਤ ਹੈ 2-3 ਦਿਨ ਹਸਪਤਾਲ ਰੱਖਣਾ ਪਏਗਾ ਹੋਰ ਕੋਈ ਚਾਰਾ ਨਹੀਂ ਸੀ ਚਾਈਦੀ ਦੇਖਭਾਲ ਲਈ ਨੀਲੂ ਨੂੰ ਵੀ ਮੰਡੀ ਸਦਵਾ ਲਿਆ ਘਰ ਨੂੰ ਜੰਦਰਾ ਲੱਗ ਗਿਆ 2-4 ਦਿਨ ਕਲਾਵੰਤੀ ਨੂੰ ਮੋੜ ਨਹੀਂ ਸੀ ਪੈ ਰਿਆ ਪੇਟ 'ਚ ਕੋਈ ਨੁਕਸ ਸੀ ਡਾਕਟਰ ਨੇ ਕਿਹਾ ਇਲਾਜ ਲੰਮਾ ਵੀ ਹੋ ਸਕਦਾ ਹੈ ਸਾਧੂ ਰਾਮ ਲਈ ਬੜਾ ਔਖਾ ਸੀ ਉਹਨੇ ਆਪਣੇ ਆੜਤੀਏ ਨੂੰ ਕਹਿ ਕੇ ਦੋ ਕਮਰਿਆਂ ਦਾ ਇੱਕ ਛੋਟਾ ਜਿਹਾ ਮਕਾਨ ਕਰਾਇਤੇ ਲੈ ਲਿਆ ਫੇਰੇੜਾ ਕਰਕੇ ਕੋਠਿਆਂ ਤੋਂ ਲੋੜੀਂਦਾ ਸਮਾਨ ਚੁੱਕ ਲਿਆ ਆ ਗਵੰਡੀਆਂ ਨੂੰ ਘਰ ਦਾ ਖਿਆਲ ਰੱਖਣ ਲਈ ਆਖ ਆ ਕੋਠਿਆਂ ਦੇ ਲੋਕ ਤੇ ਖਾਸ ਕਰਕੇ ਬਿਧੀ ਚੰਦ ਦੀ ਢਾਣੀ ਹੈਰਾਨ ਸੀ ਉਹਨਾਂ ਦੀ ਧੁਰ ਅੰਦਰ ਬਿਧੀ ਚੰਦ ਨੂੰ ਮੁੜ ਵੇਖਣ ਦੀ ਆਸ ਪੂਰੀ ਤਰ੍ਹਾਂ ਦਮ ਤੋੜ ਗਈ ਫੌਜਾ ਸਿੰਘ ਦੇ ਕੋਠਿਆਂ 'ਚੋਂ ਨਾਮ ਨੂੰ ਖਰੈਤੀ ਲਾਲ ਦਾ ਘਰ ਰਹਿ ਗਿਆ ਸੀ ਹੌਲੀ-ਹੌਲੀ ਕੋਠਿਆਂ ਦੇ ਵਾਸੀ ਭੁੱਲਣ ਲੱਗੇ ਕਦੇ ਇੱਥੇ ਲਾਲੇ ਦੀ ਦੁਕਾਨ ਹੁੰਦੀ ਸੀ ਕਦੇ ਇਸ ਘਰ ਅੰਦਰ ਇੱਕ ਬਿਧੀ ਚੰਦ ਰਹਿੰਦਾ ਹੁੰਦਾ ਸੀ ਜਿਹੜਾ ਕਬੱਡੀ ਖੇਡਦਿਆ ਪਿੰਡੇ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ ਬਿਸਟੇ ਦੀ ਢਾਣੀ ਹੁਣ ਪਹਿਲਾਂ ਵਾਂਗ ਨਹੀਂ ਸੀ ਜੁੜਦੀ ਪਰ ਜਦੋਂ ਯਾਰ ਬੇਲੀ ਇਕੱਠੇ ਹੁੰਦੇ ਬਿਦੀ ਚੰਦ ਦੀਆਂ ਗੱਲਾਂ ਤੁਰਦੀਆਂ ਬੀਬੋ ਦੀਆਂ ਗੱਲਾਂ ਤੁਰਦੀਆਂ ਫਿਰ ਬੀਤੇ ਉੱਪਰ ਸਮੇਂ ਦੀ ਧੂੜ ਪੈਣ ਲੱਗੀ ਇੱਕ ਦਿਨ ਅਚਾਨਕ ਮੰਡੀ ਦੇ ਥਾਣੇੋਂ ਇੱਕ ਸਿਪਾਹੀ ਆਇਆ ਉਹ ਬਿਦੀ ਚੰਦ ਪੁੱਤਰ ਖਰੈਤੀ ਲਾਲ ਬਾਰੇ ਪੁੱਛ ਪੜਤਾਲ ਕਰਨ ਲੱਗਾ ਲੋਕ ਹੈਰਾਨ ਹੋਏ ਜਦ ਸਿਪਾਹੀ ਸਰਪੰਚ ਕੋਲ ਗਿਆ ਤਾਂ ਉਹਨੇ ਦੱਸਿਆ ਸਾਡੇ ਲਈ ਤਾਂ ਤਿੰਨ ਬਰੇ ਤੋਂ ਵੀ ਉੱਪਰ ਹੋ ਗਿਆ ਗੁੰਮ ਵਧੇਰੇ ਤਫ਼ਤੀਸ਼ ਕਰਨੀ ਹੈ ਤਾਂ ਉਹ ਤਾਂ ਵੱਡਾ ਭਰਾ ਮੰਡੀ ਚ ਆੜਤੀਆਂ ਦੇ ਲੱਗਾ ਹੋਇਆ ਹੈ ਇਥੇ ਕੋਠੀ ਉਹਨਾਂ ਦਾ ਹੁਣ ਕੋਈ ਨਹੀਂ ਰਹਿੰਦਾ ਸਿਪਾਈ ਮੁੜ ਗਿਆ ਕੋਠਿਆਂ ਚ ਵਿਧੀ ਚੰਦ ਬਾਰੇ ਫਿਰ ਚਰਚਾ ਹੋਣ ਲੱਗੀ ਸਿਪਾਈ ਕਿਉਂ ਆਇਆ ਸੀ ਕੋਈ ਅਣਪਛਾਤੀ ਲਾਸ਼ ਤਾਂ ਬਰਾਮਦ ਨਹੀਂ ਹੋਈ ਕਿਤੇ ਉਹ ਲੱਭਤਾ ਨਹੀਂ ਪਿਆ ਫਿਰ ਉਹ ਆਪ ਕੋਠੀ ਕਿਉਂ ਨਹੀਂ ਆਇਆ ਕਿਤੇ ਡਾਕੂ ਲੁਟੇਰਿਆਂ ਨਾਲ ਤਾਂ ਨਹੀਂ ਲੜਿਆ ਹੋਇਆ ਜਿੰਨੇ ਮੂੰਹ ਉਹਨੀਆਂ ਗੱਲਾਂ ਇਹਨਾਂ ਤੋਂ ਵੀ ਵਧੇਰੇ ਅਫਵਾਹਾਂ ਫੋਜਾ ਸਿੰਘ ਦੇ ਕੋਠਿਆਂ ਦੀਆਂ ਇਹ ਘਟਨਾਵਾਂ ਸਾਡੇ 3 ਕੁ ਬਰੇ ਪਹਿਲਾਂ ਦੀਆਂ ਹਨ ਇਸ ਸਮੇਂ ਦੌਰਾਨ ਕੋਠਿਆਂ 'ਚ ਬੜਾ ਕੁਝ ਵਾਪਰ ਗਿਆ ਸੀ ਬਿਦੀ ਚੰਦ ਦੀ ਢਾਣੀ ਦੇ ਕੁਝ ਮੁੰਡੇ ਵਿਆਹ ਹੀ ਗਏ ਸੀ ਸਾਧੂ ਰਾਮ ਪੱਕੇ ਤੌਰ ਤੇ ਮੰਡੀ ਰਹਿਣ ਲੱਗ ਪਿਆ ਸੀ ਪਹਿਲਾਂ ਉਹ ਮਹੀਨੇ ਵੀ ਦਿਨੀ ਢੇੜਾ ਮਾਰਦਾ ਸੀ ਪਰ ਜਦੋਂ ਦਾ ਹੋਰ ਵਰਤੋਂ ਚ ਆਉਣ ਵਾਲਾ ਸਮਾਨ ਮੰਡੀ ਲੱਦ ਕੇ ਲੈ ਗਿਆ ਫੇਰ ਨਹੀਂ ਆਇਆ ਉਦੋਂ ਕਲਾਵੰਤੀ ਨਾਲ ਆਈ ਸੀ ਅੰਦਰ ਗਵੰਟਨਾ ਨੂੰ ਮਿਲਣ ਆਈਆਂ ਸੀ ਉਹਨੇ ਦੱਸਿਆ ਸੀ ਭੈਣਾ ਇੱਕ ਵਾਰ ਤਾਂ ਡਾਕਟਰਾਂ ਨੇ ਬਚਾ ਲਿਆ ਕੀ ਪਤਾ ਬੀਦੀ ਚੰਦ ਨੂੰ ਦੇਖਣ ਲਈ jaan ਲੱਤੀ ਹੋਵੇ ਇਹ ਸਮਾਂ 1971 ਦਾ ਸੀ ਪਾਕਿਸਤਾਨ ਨਾਲ ਜੰਗ ਦੇ ਹਾਲਾਤ ਬਣ ਗਏ ਸਨ ਕੋਠਿਆਂ ਉੱਪਰੋਂ ਦੀ ਹਰ ਰੋਜ਼ ਜਹਾਜ਼ ਇਹਨੇ ਨੀਵੇਂ ਲੰਘਦੇ ਲੋਕਾਂ ਦੇ ਕੰਨ ਸਾਹ ਸਾਹ ਕਰਨ ਲੱਗਦੇ ਇੱਕ ਦਿਨ ਮੱਗੀ ਹੱਸਿਆ ਮੇਰਾ ਜੀ ਕਰੇ ਛਾਲ ਮਾਰ ਕੇ ਜਹਾਜ਼ ਦੀ ਪੂਛ ਫੜ ਲਵਾਂ ਲੋਕਾਂ ਨੂੰ ਤੋਪਾਂ ਦੇ ਗੋਲਿਆਂ ਦੀਆਂ ਆਵਾਜ਼ਾਂ ਸੁਣਨ ਲੱਗੀਆਂ ਹੁਣ ਹਰ ਰੋਜ਼ ਜੰਗ ਦੀਆਂ ਨਵੀਆਂ ਖ਼ਬਰਾਂ ਆਉਟਣ ਲੱਗੀਆਂ ਰੇਡੀਓ ਤੋਂ ਖ਼ਬਰਾਂ ਤੇ ਜੰਗ ਦਾ ਹੀ ਪ੍ਰਚਾਰ ਸੁਣਦਾ ਲਾਹੌਰ ਵਾਲੇ ਦਾਅਵਾ ਕਰਦੇ ਲਾਹੌਰ ਵਾਲੇ ਦਾਅਵਾ ਕਰਦੇ ਸਾਡੀਆਂ ਫੌਜਾਂ ਫਿਰੋਜ਼ਪੁਰ ਸ਼ਹਿਰ ਅੰਦਰ ਦਾਖਲ ਹੋ ਗਈਆਂ ਨੇ ਇਨਸ਼ਾਅੱਲਾ ਕੱਲ ਅਸੀਂ ਮੋਗਾ ਜਾ ਦੱਪਣਾ ਭਾਰਤ ਵਾਲੇ ਆਖਦੇ ਸਾਡੀਆਂ ਫੌਜਾਂ ਲੁਹਾਰ ਜਾ ਪੁੱਜੀਆਂ ਨੇ ਲੋਕ ਰਜਾਈਆਂ 'ਚ ਬੜੇ ਡਰ ਨਾਲ ਕੰਬੀ ਜਾਂਦੇ ਬੋਧੀ ਘਰਾਂ ਨੇ ਆਪਣਾ ਗਹਿਣਾ ਗੱਟਾ ਨਗਦੀ ਜ਼ਮੀਨ 'ਚ ਦਬਾਤੀ ਪਰ ਜੰਗ ਬਹੁਤੀ ਲੰਮੀ ਨਾ ਚੱਲੀ 14-15 ਦਿਨਾਂ ਬਾਅਦ ਐਲਾਨ ਹੋ ਗਿਆ ਜੰਗ ਬੰਦ ਹੋ ਗਈ ਹੁਣ ਪਿੰਡਾਂ 'ਚ ਪਾਕਿਸਤਾਨ ਨਾਲ ਹੋਈ ਜੰਗ ਦੀਆਂ ਗੱਲਾਂ ਹੋਣ ਲੱਗੀਆਂ ਪੱਠਿਆਂ ਉੱਪਰ ਸੱਥਾਂ 'ਚ ਲੋਕ ਮਸਾਲੇ ਲਾਲਾਂ ਗੱਲਾਂ ਸੁਣਾਉਂਦੇ ਕੋਠਿਆਂ ਵਿੱਚ ਵੀ ਲੋਕ ਵਿਧੀ ਚੰਦ ਤੇ ਖਰੈਤੀ ਲਾਲ ਦੇ ਟੱਬਰ ਨੂੰ ਭੁੱਲ ਭੁਲਾ ਗਏ ਕੋਈ ਦੱਸਦਾ ਸਾਡੇ ਖੇਤ 'ਚ ਇੱਕ ਪਾਕਿਸਤਾਨੀ ਫੌਜੀ ਛਤਰੀ ਨਾਲ ਉਤਰਿਆ ਮੈਂ ਤਾਂ ਵਾਹਣਾਂ ਦੇ ਡਲਿਆਂ ਨਾਲ ਸੱਟ ਲਿਆ ਮਜਬੀਆਂ ਦੇ ਘਰਾਂ ਦੀ ਇੱਕ ਤੀਵੀ ਨੇ ਦੱਸਿਆ ਸਾਡੀ ਛੱਤ ਤੇ ਇੱਕ ਮੂਸਲਾ ਉਤਰ ਆਇਆ ਭਾਈ ਮੇਰੇ ਜਵਾਕਾਂ ਨੇ ਰੌਲਾ ਪਾਤਾ ਮੇਰੇ ਹੱਥ 'ਚ ਬਾਲਟੀ ਸੀ ਮੈਂ ਤਾਂ ਪਿਓ ਦੇ ਸਾਲੇ ਨੂੰ ਬਾਲਟੀ ਨਾਲ ਹੀ ਪੰਨਤਾ ਇਹੋ ਜੀਆਂ ਗੱਲਾਂ ਹਰ ਰੋਜ਼ ਹੀ ਸੁਣਦੀਆਂ ਕੋਈ ਦੱਸਦਾ ਇੱਕ ਪਿੰਡ ਫੌਜੀ ਖੇਤਾਂ 'ਚ ਉਤਰਿਆ ਲੋਕ ਡਾਂਗਾ ਲੈ ਕੇ ਪੈ ਗਏ ਉਹ ਕਹਿੰਦਾ ਭਰਾਓ ਵੰਡ ਤੋਂ ਪਹਿਲਾਂ ਮੈਂ ਇਸੇ ਪਿੰਡ ਦਾ ਸੀ ਹੌਲੀ ਹੌਲੀ ਆਪਾਂ ਠੰਡੀਆਂ ਹੋਣ ਲੱਗ ਪਈਆਂ ਪਰ ਇੱਕ ਦਿਨ ਕੋਠਿਆਂ ਦੇ ਵਾਸੀਆਂ ਨੇ ਅਜੀਬ ચમਤਕਾਰ ਵੇਖਿਆ ਲੋਕਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਮਾਰਚ ਮਹੀਨੇ ਦੇ ਆਖਰੀ ਦਿਨ ਸਾਲ ਸ਼ਾਮ ਦਾ ਵੇਲਾ ਸੀ ਖਰੈਤੀ ਲਾਲ ਦੇ ਬੰਦ ਬੂਹੇ ਅੱਗੇ ਇੱਕ ਤੰਗਾ ਆ ਕੇ ਰੁਕਿਆ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਫੌਜੀ ਵਰਦੀ ਚ ਇੱਕ ਗੱਭਰੂ ਤੰਗੇ ਤੋਂ ਉਤਰਿਆ ਉਹਨੇ ਇੱਕ ਕਾਲਾ ਟਰੰਕ ਤੇ ਬਿਸਤਰਾ ਉਤਾਰਿਆ ਤੇ ਬੂਹੇ ਨੂੰ ਲੱਗੇ ਜੰਦਰੇ ਨੂੰ ਖੁਰਨ ਲੱਗ ਪਿਆ ਸਭ ਤੋਂ ਪਹਿਲਾਂ ਗਵੰਡਨ ਹਰਕੌਰ ਨੇ ਪਛਾਣਿਆ ਤੂੰ ਵਿਧੀਆਂ ਫਿਰ ਪਲਾਂਚੇ ਜੰਗਲ ਦੀ ਆਗ ਵਾਂਗ ਕੋਠਿਆਂ ਚ ਗੱਲ ਫੈਲ ਗਈ ਲਾਲੇ ਖਰੇਤੀ ਲਾਲ ਦਾ ਵਿਧੀ ਚੰਦ ਜਿਉਂਦਾ ਜਿਨੇ ਵੀ ਸੁਣਿਆ ਖਰੇਤੀ ਲਾਲ ਦੇ ਘਰ ਵੱਲ ਤੁਰਨ ਅੰਗ ਛਿਓ ਫੌਜਾ ਸਿੰਘ ਦੇ ਕੋਠਿਆਂ ਦੇ ਕੋਲ 60 ਕੁਕਾਰ ਸੀ ਇਹਨਾਂ ਚ ਬਹੁਤੇ ਜ਼ਿਮੀਂਦਾਰਾਂ ਦੇ ਘਰ ਸੀ ਜਿਹੜੇ 1955 ਦੇ ਭਾਰੇ ਹੜ੍ਹਾਂ ਤੋਂ ਬਾਅਦ ਆਪਣੀਆਂ ਉੱਚੀਆਂ ਜ਼ਮੀਨਾਂ ਉੱਪਰ ਆ ਬੈਠੇ ਸਨ ਸਭ ਤੋਂ ਪਹਿਲਾਂ ਫੌਜਾ ਸਿੰਘ ਆਪਣੇ ਜੱਦੀ ਪਿੰਡੋਂ ਨਿਕਲੇ ਆ ਸੀ ਫਿਰ ਵੇਖਾ ਵੇਖੀ ਦੂਸਰੇ ਕੁਝ ਘਰ ਵੀ ਆ ਗਏ ਆਪਣੀ ਸੌਖ ਲਈ ਇਸ ਢਾਣੀ ਦਾ ਲੋਕਾਂ ਨੇ ਫੌਜਾ ਸਿੰਘ ਦੇ ਕੋਠੇ ਨਾਮ ਰੱਖ ਦਲਿਆ ਤੇ ਸਮਾਂ ਪਾ ਕੇ ਇਹੀ ਲੋਕਾਂ ਦੇ ਮੂੰਹ ਚੜ ਗਿਆ ਆਪਣੀਆਂ ਸਹੂਲਤਾਂ ਲਈ ਜ਼ਿਮੀਂਦਾਰਾਂ ਦੇ ਮੁਜਾਰੇ ਸੀਰੀ ਲੋਹਾਰ ਤਰਖਾਨ ਵੀ ਕੋਠੀ ਆਣ ਵਸੇ ਖਰੈਤੀ لال ਨੇ ਪਹਿਲਾਂ ਇੱਥੇ ਦੁਕਾਨ ਪਾਈ ਫਿਰ ਥਾਂ ਖਰੀਦ ਕੇ ਦੋ ਕਮਰੇ ਛੱਤ ਲਏ ਇੱਕ ਬਾਹਰਲੇ ਪਾਸੇ ਦੁਕਾਨ ਵੀ ਬਣਾ ਲਈ ਕਮਰਿਆਂ ਤੋਂ ਅੱਗੇ ਬਰਾਂਡਾ ਵੀ ਛੱਤ ਲਿਆ ਇਸ ਤਰ੍ਹਾਂ ਵੇਖਦੇ-ਵੇਖਦੇ ਫੌਜਾ ਸਿੰਘ ਦੇ ਕੋਠੇ ਪੂਰਾ ਸੂਰਾ ਪਿੰਡ ਬੱਜ ਗਿਆ। ਸ਼ੁਰੂ 'ਚ ਵੱਡੇ ਪਿੰਡ ਦਾ ਸਰਪੰਚ ਹੀ ਕੋਠਿਆਂ ਦਾ ਸਰਪੰਚ ਹੁੰਦਾ ਸੀ ਪਰ ਜਦੋਂ ਦਾ ਕੋਠਿਆਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਖੁੱਲ ਗਿਆ ਤਾਂ ਕੋਠਿਆਂ ਦੇ ਲੋਕਾਂ ਨੇ ਆਪਸ 'ਚ ਸਲਾਹ ਕਰਕੇ ਆਪਣੀ ਪੰਚਾਇਤ ਬਣਾ ਲਈ। ਪੰਚਾਇਤ ਵਿਭਾਗ ਨੇ ਉਹਨੂੰ ਮਾਨਤਾ ਵੀ ਦੇ ਦਿੱਤੀ। ਹੁਣ ਤਾਂ ਇੱਕ ਨਵੀਂ ਯੋਜਨਾ ਤਹਿਤ ਕੋਠਿਆਂ ਤੋਂ ਮੰਡੀ ਨੂੰ ਸਿੱਧੀ ਸੜਕ ਵੀ ਬਣ ਗਈ। ਕੋਠਿਆਂ 'ਚ ਗਿਣਤੀ ਦੇ ਪੁਰਾਣੇ ਬਜ਼ੁਰਗ ਜੀ ਆਉਂਦੇ ਸਨ। ਜਦ ਵੀ ਉਹ ਰਾਹ ਖੜੇ ਜਾਂ ਸੱਤ ਵਿੱਚ ਸਬੱਬੀ ਇਕੱਠੇ ਹੁੰਦੇ ਤਾਂ ਗੱਲਾਂ ਕਰਦੇ ਹੈਰਾਨ ਹੋਈ ਜਾਂਦੇ ਪੁਰਾਣੇ ਬੀਤ ਗਏ ਚੰਗੇ ਸਮਿਆਂ ਬਾਰੇ ਚੋਰਾ ਕਰਦੇ ਨਵੀਆਂ ਗੱਲਾਂ ਨਵੀਆਂ ਕਾਡਾਂ ਉਹਨਾਂ ਦੇ ਹਜ਼ਮ ਨਾ ਹੁੰਦੀਆਂ ਉਹਨਾਂ ਦੇ ਵੇਖਦੇ ਵੇਖਦੇ कुंठक ਗਰੇਲੋਪ ਹੋ ਗਏ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਮੀਹਾ ਸਿੰਘ ਸਭ ਤੋਂ ਵਡੇਰੇ ਉਮਰ ਦਾ ਸੀ ਨੱਥਾ ਸਿੰਘ ਉਹਦਾ ਪੋਤਰਾ ਸੀ ਪੰਜਾਹ ਕਿਲੇ ਤੋਂ ਵਿਵਾਦ ਉਹਨਾਂ ਕੋਲ ਇੱਕ ਟੱਕ ਦੀ ਜ਼ਮੀਨ ਸੀ ਸਭ ਤੋਂ ਪਹਿਲਾਂ ਜੀਟਰ ਟਰੈਕਟਰ ਉਹਨਾਂ ਦੇ ਘਰ ਆਇਆ ਸੀ ਜਦੋਂ ਟਰੈਕਟਰ ਪਿੱਛੇ 11 ਹਲ ਪਾ ਕੇ ਖੇਤ 'ਚ ਜੀਟਰ ਸ਼ੇਰ ਵਾਂਗ ਬੁੱਕਦਾ ਧੂੜਾਂ ਪੱਟੀ ਜਾਂਦਾ ਤਾਂ ਬਲਦਾਂ ਨਾਲ ਵਾਹਣ ਵਾਲਾ ਕਿਸਾਨ ਹਲ ਰੋਕ ਤਰਸੇਵੇਂ ਨਾਲ ਜੀਟਰ ਵੱਲ ਝਾਕਦਾ ਖੜਾ ਰਹਿ ਜਾਂਦਾ ਹੁਣ ਤਾਂ ਮੀਹਾ ਸਿੰਘ ਦੇ ਘਰ ਦੋ ਜੀਪਾਂ ਸੀ ਇੱਕ ਮੋਟਰਸਾਈਕਲ ਸੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਪਸ਼ੂਆਂ ਲਈ ਅੱਡੇ ਵੇਲੀ ਸੀ ਰਹਿਣ ਲਈ ਕੋਠੀ ਵਰਗਾ ਘਰ ਇੱਕ ਦਿਨ ਸਾਥ ਵਿੱਚ ਬੈਠਿਆਂ ਦੂਸਰੇ ਬਜ਼ੁਰਗ ਆਸਾ ਸਿੰਘ ਨੂੰ ਮੀਹਾ ਸਿੰਘ ਅੰਧਾ ਦੇਖ ਲੈ ਆਸਾ ਸਿੰਘ ਲੋਕ ਅਜੇ ਤੱਕ ਵੀ ਸਾਨੂੰ ਚਿਬੜ ਖਾਣੇ ਗੈਣੋਂ ਨਹੀਂ ਹਟਦੇ ਮੀਹਾ ਸਿੰਘ ਜੱਥੇਦਾਰਾ ਗੱਲ ਇਹ ਹੈ ਜਦੋਂ ਕੋਈ ਅਲ ਪੈ ਜੇ ਨਾ ਪਿੱਛੇ ਇਹ ਲੈਂਦੀ ਨਹੀਂ ਸਾਲੀ ਸਮੇਂ ਦੇ ਨਾਲ-ਨਾਲ ਨਾ ਹੀ ਘਟੇ ਨਾ ਕਸੇ ਹੋਰ ਪੱਕੀ ਹੁੰਦੀ ਜਾਂਦੀ ਹੈ ਤੂੰ ਤਾਂ ਸਿਆਣਾ ਲੋਕਾਂ ਦਾ ਜੀਵ ਵੀ ਵਰਤਾਰਾ ਹੁੰਦਾ ਹੈ ਮੂੰਤੇ ਹੋਰ ਪਿੱਠ ਪਿੱਛੇ ਹੋਰ ਜੇ ਲੋਕਾਂ ਦੇ ਗਲ ਪੈਣੇ ਆ ਤਾਂ ਅੱਲ ਹੋਰ ਜੱਫਾ ਮਾਰ ਲੈਂਦੀ ਐ ਖੜਾ ਨਹੀਂ ਛੱਡਦੀ ਸਹੀ ਐ ਤੇਰੀ ਗੱਲ ਜਮਾਂ ਸਹੀ ਤੈਨੂੰ ਯਾਦ ਹੈ ਸਾਡੇ ਪਕਾ मतलब ਕਪਾ ਚਿ ਚਿਬੜ ਬੜੇ ਹੁੰਦੇ ਸੀ ਕਿਰੇ ਪੀਲੇ ਬਾਪੂ ਨੂੰ ਚਿਬੜਾਂ ਦੀ ਚਟਨੀ ਬੜੀ ਸਵਾਦ ਲੱਗਣੀ ਉਹਨੇ ਦਾਲ ਸਬਜ਼ੀ ਪਾਸੇ ਕਰ ਦੇਣੀ ਚਿਬੜਾਂ ਦੀ ਚਟਨੀ ਨਾਲ ਰੋਟੀ ਖਾ ਲੈਣੀ ਉੱਤੇ ਰੱਖ ਲੈਣਾ ਮੱਖਣ ਦਾ ਪਿੰਨਾ ਜਿੱਥੇ ਚਾਰ ਰੋਟੀਆਂ ਖਾਣੀਆਂ ਹੁੰਦੀਆਂ 6 ਖਾ ਜਾਂਦਾ ਚਿਬੜਾਂ ਦਾ ਹਾਰ ਪਰੋ ਕੇ ਸੁਕਾ ਲੈਣਾ ਜਦੋਂ ਰੁੱਤ ਨਾ ਹੋਣੀ ਤਾਂ ਵੀ ਸੁੱਕੇ ਚਿਬੜਾਂ ਦੀ ਚਟਨੀ ਰਗੜ ਲੈਣੀ ਲਾ ਲੋਕਾਂ ਨੇ ਸਾਡਾ ਨਾਂ ਹੀ ਚਿਬੜ ਖਾਣੇ ਧਰਤਾ ਗੱਲ ਕਰਕੇ ਆਪ ਹੀ ਮੀਹਾਂ ਸਿੰਘ ਹੱਸਣ ਲੱਗ ਪਿਆ ਮੀਹਾਂ ਸਿੰਘ ਆ ਮੈਨੂੰ ਕੀ ਦੱਸਦਾ ਤੂੰ ਮੇਰੇ ਪੈਰ ਵੇਖ ਮੀਹਾਂ ਸਿੰਘ ਉਹਦੇ ਪੈਰਾਂ ਨੂੰ ਗੋਦ ਨਾਲ ਵੇਖਣ ਲੱਗਾ ਤੇਰੇ ਨਾਲੋਂ ਵੱਡੇ ਤਾਂ ਨਹੀਂ ਭਾਰੇ ਮੋٹے ਤਾਂ ਨਹੀਂ ਉਹ ਪੈਰਾਂ ਵਰਗੇ ਪੈਰ ਨਹੀਂ ਆਸਿਆ ਮੀਹਾਂ ਸਿੰਘ ਬੋਲੇ ਇਹੀ ਤੁਮੇ ਦੱਸੀ ਜਾਣਾ ਹੁਣ ਲੋਕਾਂ ਦਾ ਮੂੰਹ ਫੜ ਲੀਏ ਸਾਨੂੰ ਚਾਪੜ ਪੈਰੇ ਦੱਸਦੇ ਆ ਕੀ ਪਤਾ ਸਾਡਾ ਕੋਈ ਵਢੇਰਾ ਖੂਗਾ ਆਪਾਂ ਦੇਖਿਆ ਨਹੀਂ ਕਿੱਥੇ ਹੁੰਦੇ ਹੋਣਗੇ ਉਦੋਂ ਜੁੱਤੀਆਂ ਜੋੜੇ ਨੰਗੇ ਪੈਰੀ ਰੋਈਆਂ ਗਾਉਂਦੇ ਫਿਰਦੇ ਹੋਣਗੇ ਮਾਲ ਡੰਗਰ ਚਾਰਦੇ ਹੋਣਗੇ ਪੈਰ ਚੌੜੇ ਲੰਮੇ ਹੋਗੇ ਹੋਣਗੇ ਹੁਣ ਚਾਪੜ ਪੈਰੇ ਸਾਡੀ ਹਾਲੀ ਪੈ ਗਈ ਲੈ ਆਸਿਆ ਤੂੰ ਬਿਛਨੇ ਕੇ ਬੁੜੇ ਮੱਗਰ ਦੀ ਗੱਲ ਸੁਣ ਲੈ ਮੇਰੇ ਆਪ ਦੇ ਵੇਖਣ ਦੀ ਐ ਮੱਕੀਆਂ ਦੀ ਰੁੱਤ ਸੀ ਆਪਣੇ ਬੋਤੇ ਘਰ ਮੱਕੀ ਬੀਜਦੇ ਹੁੰਦੇ ਸੀ ਇੱਕ ਦਿਨ ਮੱਗਰ ਦਾ ਸੰਡੂ ਮਿਲਣ ਆ ਗਿਆ ਆਥ ਨੇ ਦੋਵੇਂ ਜਣੇ ਖੇਤ ਗੇੜਾ ਮਾਰਨ ਚਲੇ ਗਏ ਸੰਡੂ ਆਂਦਾ ਮੱਗਰ ਸੇ ਅੱਛਲੀਆਂ ਪੁਣੀ ਮੱਗਰ ਦੀ ਮੱਕੀ ਅਜੇ ਲਹਿਰੀ ਸੀ ਦੁੱਧਾ ਹੀ ਬਣਿਆ ਸੀ ਉਹਨੇ ਸੋਚਿਆ ਸੰਡੂ ਦਾ ਛੱਲੀਆਂ ਖਾਣ ਨੂੰ ਜੀ ਕਰਦਾ ਨਾਲ ਦੇ ਖੇਤੋਂ ਛੱਲੀਆਂ ਤੋੜਨ ਦੀ ਥਾਂ ਤਿੰਨ ਕ ਟਾਂਡੇ ਭੰਨ ਲੈ ਮੁੱਢੂ ਵੱਡ ਖਾਣਿਆਂ ਦੀ ਮੱਕੀ ਸੀ ਸਬਬੀ ਮੌਕੇ ਤੇ ਆ ਗਿਆ ਟਾਂਡੇ ਭੰਨੇ ਵੇਖ ਕੇ ਗਲ ਪੈ ਗਿਆ ਭਾਈ ਆਂਦਾ ਛੱਲੀਆਂ ਤੋੜ ਲੈਂਦਾ ਟਾਂਡੇ ਕੇ ਉੱਪਰ ਨੇ ਮੱਗਰ ਆਂਦਾ ਤੂੰ ਮੇਰੇ ਖੇਤੋਂ ਤਿੰਨ ਦੀ ਥਾਂ 13 ਭੰਨ ਲੈ ਪਰ ਉਹਨੇ ਤਾਂ ਵੱਡੇ ਪਿੰਡ ਦੀ ਪੰਚਾਇਤ ਇਕੱਠੀ ਕਰ ਲਈ ਬਿਛਨੇ ਨੇ ਗਲਤੀ ਮੰਨੀ ਮਾਫੀ ਮੰਗੀ ਤਾਂ ਇਹਨੇ ਖਿਹੜਾ ਛੱਡਿਆ ਵੱਡ ਖਾਣੇ ਨੇ ਲੈ ਉਹ ਦਿਨ ਤੇ ਆ ਦਿਨ ਇਹਨਾਂ ਦੇ ਟੱਬਰ ਨਾਲੋਂ ਟਾਂਡੇ ਭੰਨ ਦੀ ਪੂਛ ਨਹੀਂ ਲੱਥੀ ਇਹੋ ਜੇ ਹੈ ਲੋਕ ਤਾਂ ਮੀਹ ਹਸਿਆ ਵੱਡ ਖਾਣੇ ਵੀ ਤਾਂ ਐ ਤਾਂ ਹੀ ਵੱਜਦੇ ਸਹਰੇ ਉਹ ਤਿੰਨ ਟਾਂਡੇ ਪਨ ਲੈ ਕੀ ਲੋੜਾ ਆ ਗਿਆ ਕਾਦਾ ਭਾਈਚਾਰਾ ਹੋਇਆ ਆਸਾ ਸਿੰਘ ਨੇ ਵੱਡ ਖਾਣਿਆਂ ਦੇ ਰੁੱਖੇ ਵਿਹਾਰ ਤੇ ਦੁਖੀ ਮਨ ਨਾਲ ਕਿਹਾ ਭਾਈਚਾਰੇ ਦੀ ਗੱਲ ਕਰਦਾ ਹਸਿਆ ਇਹ ਤਾਂ ਚੰਗੀ ਗੱਲ ਤੇ ਗਲ ਪੈ ਜਾਂਦੇ ਆ ਸਿਆਣਾ ਬੰਦਾ ਤਾਂ ਇਹਨਾਂ ਨੂੰ ਫਤੇ ਨਹੀਂ ਬੁਲਾਉਂਦਾ ਕੀ ਪਤਾ ਕਿਹੜੇ ਵੇਲੇ ਪੁੱਠੀ ਪਾ ਲੈਣ ਏਸੇ ਕਰਕੇ ਤਾਂ ਮੀਹ ਹਸਿਆ ਸਿਆਣੇ ਆਖਦੇ ਨੇ ਕੁੱਪਤੀ ਤੀਵੀ ਨੂੰ ਤੇ ਕੁੱਪਤੇ ਬੰਦੇ ਨੂੰ ਨਾ ਛੇੜੋ ਉਹ ਬਲਚੇ ਹੱਥ ਦੇ ਲਵੇ ਉਹ ਬਲਚੋ ਤਾਂ ਹੱਥ ਬਾਹਰ ਨਿਕਲਉ ਇਹੋ ਜੇ ਬੰਦਿਆਂ ਕੋਲੋਂ ਖਿਹੜਾ ਨਹੀਂ ਛੁੱਟਦਾ ਆਸਾ ਸਿੰਘ ਦੀ ਗੱਲ ਸੁਣ ਕੇ ਮੀਹਾ ਸਿੰਘ ਹੱਸਣ ਲੱਗਾ ਖਰੀ ਗੱਲ ਆਖੀ ਐ ਆਸਾ ਸਿੰਘ ਮੀਹਾ ਸਿੰਘ ਜਦੋਂ ਲੋਕ ਕਹਿੰਦੇ ਐ ਤਾਂ ਬੜਾ ਬਰੀਕ ਪਿੰਦੇ ਐ ਚੱਕੀ ਦਾ ਪੀਠਾ ਦਾ ਕਹਿੰਦੇ ਆ ਬਚ ਜਾਉ ਪਰ ਦੰਦਾ ਦਾ ਪੀਠਾ ਨਹੀਂ ਬਚਦਾ ਕਿਸੇ ਨੂੰ ਛੜਿਆਂ ਦਾ ਕਿਸੇ ਨੂੰ ਬੋਲੇਆਂ ਦਾ ਕਿਸੇ ਨੂੰ ਚੋਰੀ ਮਾਰ ਤੂੰ ਸਿਆਣ ਤੈਨੂੰ ਕਿਹੜਾ ਪਤਾ ਨਹੀਂ ਆਕੇ ਆਸਾ ਸਿੰਘ ਗਲਚ ਪਾਏ ਪਰਨੇ ਨਾਲ ਮੂੰਹ ਪੁੰਜਣ ਲੱਗ ਪਿਆ ਆਸਾ ਸਿੰਘਾ ਪਤਾ ਹੀ ਐ ਲੋਕਾਂ ਦਾ ਤੂੰ ਨੰਗ ਪੈਰੇ ਨਾજર ਦੇ ਖਾਨਦਾਨ ਦੀ ਸੁਣ ਲੈ ਨਾજર ਨੇ ਸਾਰੀ ਉਮਰ ਜੁੱਤੀ ਨਹੀਂ ਸਿਪਾਈ 80 ਕਿੱਲੇ ਦੀ ਖੇਤੀ ਕੱਲਾ ਮਾਲਕ ਗਾਂ ਮੁੰਡਾ ਵੀ ਕੱਲਾ ਕੰਜੂਸ ਐ ਨਾ ਘਿਓ ਦੀ ਪੀਪੀ ਤੇ ਰੋਟੀ ਘਸਾ ਕੇ ਖਾ ਲੈਣੀ ਜਿਹੜਾ ਕੁੜਤਾ ਪਾ ਲਿਆ ਪਿਓ ਦੇ ਪੁੱਤ ਨੇ 6 ਮਹੀਨੇ ਨਹੀਂ ਧੋਣਾ ਜਦੋਂ ਧੋਣਾ ਪਹਿਲੇ ਧੋਈ ਪਾਟ ਜਾਣਾ ਆੜਤੀਆਂ ਦੇ ਵਹੀ ਖਾਤਿਆਂ 'ਚ ਤੇ ਬੈਂਕ 'ਚ ਉਹਦੇ ਵੇਲੇਾਂ ਦਾ 20 ਲੱਖ ਇਹਦੇ ਕੋਲ ਜਮਾ ਸੀ। ਮੁੰਡਾ ਉੱਠਿਆ ਉਹਨੇ ਤਾਂ ਹੇਟਲੀ ਉੱਤੇ ਕਰਤੀ। ਕਿੱਲਿਆਂ ਨੂੰ ਪੜੀ ਲਿਖੀ ਤੀਵੀ ਨਾਲ ਵਿਆਹ ਹੋ ਗਿਆ। ਫੇਰ ਤਾਂ ਘਰ 'ਚ ਟਰੈਕਟਰ ਜੀਪਾਂ ਆ ਗਈਆਂ। ਨਾਜ਼ਰ ਤਾਂ ਖਰਚ ਹੁੰਦਾ ਵੇਖ ਕੇ ਹੋਕੇ ਨਾਲ ਹੀ ਮਰ ਗਿਆ। ਮੁੰਡੇ ਨੇ ਖੇਤ ਕੋਠੀ ਪਾ ਲਈ। ਹੁਣ ਨਾਜ਼ਰ ਦਾ ਪੋਤਾ ਕੈਨੇਡਾ ਰਹਿੰਦੀ ਕੁੜੀ ਨਾਲ ਵਿਆਹਿਆ ਗਿਆ। ਵੱਜ ਦੇ ਫੇਰ ਵੀ ਵੇਖ ਲਾ ਨੰਗ ਪੈ ਰਹੀ ਐ। ਬਾਜੀ-ਬਾਜੀ ਬੰਦੇ ਕੋਲ ਪੈਸਾ ਵੀ ਬਹੁਤ ਹੁੰਦਾ ਐ। ਪਰ ਉਹਨੂੰ ਵਰਤਨ ਦੀ ਜਾਂਚ ਨਹੀਂ ਆਉਂਦੀ ਜਾਂ ਫਿਰ ਭਾਈ ਉਹਨੂੰ ਵਰਤਨ ਦਾ ਹੁਕਮ ਨਹੀਂ ਹੁੰਦਾ ਰੱਬ ਵੱਲੋਂ ਸਾਪਾਂ ਨੂੰ ਖਜ਼ਾਨੇ ਦੀ ਰਾਖੀ ਕਰਨ ਲਈ ਭੇਜਿਆ ਹੁੰਦਾ ਬੀਤੇ ਸਮਿਆਂ ਦੀਆਂ ਗੱਲਾਂ ਕਰਕੇ ਕੋਠਿਆਂ ਦੇ ਵੇਲੇ ਬੰਦੇ ਵੇਲੇ ਕੋ ਵੇਲੇ ਇਸ ਤਰ੍ਹਾਂ ਆਪਣਾ ਢਿੱਡ ਹੌਲਾ ਕਰਦੇ ਰਹਿੰਦੇ ਅੱਜਕੱਲ ਮੀਹਾਂ ਸਿੰਘ ਕੁਝ ਜ਼ਿਆਦਾ ਹੀ ਢਿੱਲਾ ਰਹਿਣ ਲੱਗ ਗਿਆ ਹੁਣ ਉਹ ਸਾਥ 'ਚ ਨਹੀਂ ਆਉਂਦਾ ਸਹਾਰੇ ਬਿਨਾਂ ਤੁਰਿਆ ਵੀ ਨਹੀਂ ਜਾਂਦਾ ਆਪਣੀ ਹਵੇਲੀ ਦੇ ਦਰਵਾਜ਼ੇ ਵਿੱਚ ਹੀ ਮੰਝੇ ਉੱਪਰ ਪਿਆ ਰਹਿੰਦਾ ਸਰਾਣੀ ਵਾਲੇ ਪਾਸੇ ਖੁੰਡਾ ਰੱਖਿਆ ਹੁੰਦਾ ਕੋਈ ਲੰਘਦਾ ਕਰਦਾ ਫਤਿਹ ਬੁਲਾ ਕੇ ਪੁੱਛ ਲੈਂਦਾ ਕੀ ਹਾਲ ਹੈ ਬਾਬਾ ਤੇ ਮੀਹਾ ਸਿੰਘ ਅੱਖਾਂ ਉੱਪਰ ਹੱਥ ਦਾ ਛੱਪਰ ਬਣਾ ਕੇ ਸਿਆਣ ਦਾ ਆਤੂ ਐ ਆਹੋ ਬਾਬਾ ਵੱਡ ਖਾਣਿਆਂ ਦਾ ਆਤੂ ਈਸਵਾਰਾ ਤੂੰ ਨੇ ਜਾਣ ਬੁੱਝ ਕੇ ਬਾਬੇ ਨੂੰ ਛੇੜਿਆ ਮੀਹਾ ਸਿੰਘ ਦੇ ਚਿਹਰੇ ਉੱਪਰ ਰੌਣਕ ਆ ਗਈ ਉਦੋਂ ਹੀ ਉਹਦਾ ਮੰਜਾ ਵੇੜੇ ਚ ਕਰਨ ਲਈ ਨੱਥਾ ਤੇ ਉਹਦਾ ਬਾਪੂ ਆ ਗਏ ਚੱਲ ਬਾਪੂ ਵੇੜੇ ਚ ਚੱਲੀਏ ਹਨੇਰਾ ਹੋ ਗਿਆ ਹੁਣ ਆਖਦਿਆਂ ਦੋਹਾਂ ਨੇ ਪੈਨ ਤੇ ਸਹਰਾਣੇ ਵਾਲੇ ਸੇਰੂ ਨੂੰ ਸੇਰੂਆਂ ਨੂੰ ਹੱਥ ਪਾਇਆ ਸੀ ਪਖਰ ਨੇ ਸਾਹੋ ਸਾਹ ਹੋਏ ਨੇ ਆਕੇ ਦੱਸਿਆ ਉਹ ਨਥਿਆ ਵਿਧਿਆ ਆ ਗਿਆ ਬਈ ਹੈ ਨਥੇ ਨੇ ਮੰਜਾ ਹੱਥੋਂ ਛੱਡਤਾ ਤੇ ਉਠਾ ਕਰਕੇ ਥੱਲੇ ਡਿੱਗਾ ਤੇ ਹੋਰ ਫੌਜੀ ਵਰਦੀ ਪਾਈ ਹੈ ਮੈਂ ਸੁਣਿਆ ਮੈਂ ਤਾਂ ਖੇਤੋਂ ਪੁੱਜਾ ਪਹਿਲਾਂ ਤੇਰੇ ਕੋਲ ਆਇਆ ਆ ਜਾ ਆ ਜਾ ਤੂੰ ਮੈਂ ਚੱਲਿਆਂ ਉਧਰ ਹੀ ਆਕੇ ਪਖਰ ਚੜ੍ਹੇ ਸਾਹੀ ਦੌੜ ਗਿਆ ਕਾ ਦਾ ਕਮਾਲ ਖੋਗੀ ਓਏ ਬਾਪੂ ਉਹਨੂੰ ਤਾਂ ਮਾਰੀ ਫਿਰਦੇ ਸੀ ਕੋਠਿਆਂ ਦੇ ਸਾਰੇ ਲੋਕ ਕਿਤੇ ਇਸ ਵੇਲੇ ਵਿਧਿਏ ਦਾ ਭੂਤ ਤਾਂ ਨਹੀਂ ਆ ਗਿਆ ਬਾਪੂ ਤੂੰ ਹੀ ਲੈ ਜਾ ਬਾਬੇ ਨੂੰ ਅੰਦਰ ਹੌਲੀ ਹੌਲੀ ਮੈਂ ਤਾਂ ਛੱਲਿਆਂ ਵਿਧਿਏ ਵੱਲ ਅੱਖੀਂ ਵੇਖ ਕੇ ਯਕੀਨ ਆਉ ਤੇ ਬਾਬੇ ਨੂੰ ਖੁੰਡਾ ਪੜਾ ਕੇ ਨੱਥਾ ਵੀ ਉਧਰ ਹੀ ਦੌੜ ਗਿਆ ਪਿੰਡ ਵਾਲਿਆਂ ਦੀ ਭੇਡ ਜੁੜਨ ਤੋਂ ਪਹਿਲਾਂ ਲੋਹਾਰਾਂ ਦੇ ਚਾਨਣ ਨੇ ਆ ਕੇ ਜਿੰਦਰਾ ਤੋੜਦਾ ਸੀ ਲਗਭਗ 2.5 ਸਾਲਾਂ ਬਾਅਦ ਦਰਵਾਜ਼ੇ ਖੁੱਲਣ ਲੱਗੇ ਚਿਰੜ ਚਿਰੜ ਚੂੰ ਚੂੰਦੀ ਆਵਾਜ਼ਾਂ ਲੋਕਾਂ ਨੇ ਸੁਣੀਆਂ ਅੰਦਰ ਹਨੇਰਾ ਸੀ ਹਨੇਰੀਆਂ ਨਾਲ ਉੱਡ ਕੇ ਆਇਆ ਕੱਕ ਕਾਨ ਵੇੜੇ 'ਚ ਖਿਲ ਰਿਆ ਹੋਇਆ ਨਹੀਂ ਦਿਸਿਆ ਪਤਾ ਨਹੀਂ ਇੱਟ ਸੀ ਜਾਂ ਕੁਝ ਹੋਰ ਸੀ ਅੱਗੇ ਲੰਘਿਆ ਇੱਕ ਜਣਾ ਅੜ ਗਿਆ ਤੇ ਵੇੜੇ 'ਚ ਚੁਫਾਲ ਡਿੱਗਾ ਸੰਭਲ ਕੇ ਬਈ ਪਤਾ ਨਹੀਂ ਕੌਣ ਬੋਲਿਆ ਬਿਧੀ ਚੰਦ ਦਾ ਟਰੰਕ ਤੇ ਬਿਸਤਰਾ ਗਲੀ ਵਾਲੇ ਅੰਦਰ ਨੂੰ ਲੈ ਗਏ ਗਵਾਂਢਣ ਹਰੋ ਲਾਲਟਨ ਜਗਾ ਕੇ ਆਪਣੇ ਘਰੋਂ ਲੈ ਆਈ ਹੁਣ ਲੋਕਾਂ ਨੂੰ ਬਿਧੀ ਚੰਦ ਤੇ ਬਿਧੀ ਚੰਦ ਨੂੰ ਲੋਕ ਦੇ ਹਰੋ ਵਿਧੀ ਚੰਦ ਨੂੰ ਬੁੱਕਲ ਚ ਲੈ ਕੇ ਛੋਰਾ ਕਰਨ ਲੱਗੀ ਕਿਹੜਿਆਂ ਰਾਹਾਂ ਨੂੰ ਤੁਰ ਗਿਆ ਸੀ ਪੁੱਤ ਤੇਰਾ ਪਾਪਾ ਤੇਰੇ ਮੁੜਨ ਦਾ ਰਾਹ ਵੇਖਦਾ ਵੇਖਦਾ ਤੁਰ ਗਿਆ ਸਾਧੂ ਤੇਰੀ ਚਾਈ ਨੂੰ ਮੰਡੀ ਲੈ ਕੇ ਵਗ ਗਿਆ ਕਿੰਨੇ ਰੰਗ ਭਾਗ ਸੀ ਇਸ ਘਰ ਚ ਹੁਣ ਤਾਂ ਉਜੜ ਗਿਆ ਪੁੱਤ ਮੱਧਮ ਜੇ ਚਾਨਣ ਚ ਵਿਧੀ ਚੰਦ ਘਰ ਦਾ ਵੇੜਾ ਕੰਧਾਂ ਕੋਲੇ ਨਿਹਾਰਨ ਲੱਗਾ ਸੱਚੀ ਘਰ ਉਜੜਿਆ ਪਿਆ ਸੀ ਪਾਕਿਸਤਾਨੀਆਂ ਦਾ ਜਗਤਾ ਅੰਦਰੋਂ ਮੰਜਾ ਕੱਢ ਲਿਆ ਆ ਇੱਕ ਜਣੇ ਨੇ ਸੁਭਾਵਕੇ ਨਲਕਾ ਗੇੜਿਆ ਪਾਣੀ ਉਤਰਿਆ ਹੋਇਆ ਸੀ ਸੁੱਕੀ ਬੋਕੀ ਠੱਕ ਠੱਕ ਵੱਜੀ ਵਿਧੀਚੰਦ ਜਗਤੇ ਦੇ ਕਹਿਣ ਤੇ ਮੰਜੇ ਉੱਪਰ ਬੈਠ ਗਿਆ ਉਸ ਦੁਆਲੇ ਮਿੱਕੀ ਜੀ ਭੀੜ ਜੁੜੀ ਖੜੀ ਸੀ ਹਰ ਕੋਈ ਹੈਰਾਨ ਸੀ ਉਹਨੂੰ ਛੂ ਕੇ ਤਸੱਲੀ ਕਰਨੀ ਚਾਹੁੰਦਾ ਸੀ ਸੱਚੀ ਵਿਧੀਆ ਸਹੀ ਸਲਾਮਤ ਮੁੜ ਆਇਆ ਫਿਰ ਉਹਦੇ ਯਾਰਾਂ ਬੇਲੀਆਂ ਨੂੰ ਜਿਵੇਂ ਅਚਾਨਕ ਹੀ ਯਾਦ ਆ ਗਿਆ ਹੋਵੇ ਕੋਈ ਪਾਣੀ ਲੈਣ ਭੱਜਿਆ ਕੋਈ ਚਾਹ ਘਰ ਉਤਾਈ ਨੇ ਆਖਿਆ ਵਿਧੀਆ ਪੁੱਤ ਮੈਂ ਰੋਟੀ ਲੈ ਕੇ ਆਉਣੀ ਆ ਭੁੱਖਾ ਹੋਏਗਾ ਭੀੜ ਹੋਰ ਵਧਣ ਲੱਗੀ ਹਰ ਕੋਈ ੱਡੀਆਂ ਚੱਕ ਚੱਕ ਮੰਜੇ ਉੱਪਰ ਬੈਠੇ ਵਿਧੀ ਚੰਦ ਨੂੰ ਵੇਖਣਾ ਚਾਹੁੰਦਾ ਸੀ ਜਿਵੇਂ ਜਿਵੇਂ ਹਨੇਰਾ ਹੁੰਦਾ ਗਿਆ ਲੋਕ ਆਪਣੇ ਘਰੀ ਮੁੜਨ ਲੱਗੇ ਭੀੜ 'ਚ ਗੱਲਾਂ ਵੀ ਸੁਣਦੀਆਂ ਆਹ ਤਾਂ ਲੋਕਾਰ ਗੱਲ ਬਣ ਗਈ ਬਈ ਐਂ ਤਾਂ ਕਦੇ ਨਹੀਂ ਹੋਇਆ ਸੀ ਐਂ ਤਾਂ ਕਦੇ ਨਹੀਂ ਸੁਣਿਆ ਇਹ ਤਾਂ ਸੱਚੀ ਮੁੱਚੀ ਦਾ ਵਿਧੀਆ ਫੇਰ ਜਿਉ ਪਿਆ ਬਾਹ ਨਹੀਂ ਕੁਜਰਤੇ ਆਇਆ ਵੀ ਵੇਖ ਲਓ ਦੂਣਾ ਚੌਣਾ ਹੋ ਕੇ ਫੌਜੀ ਦਾ ਤਾਂ ਰੋ ਵੀ ਬੜਾ ਹੁੰਦਾ ਇਹ ਤਾਂ ਪਹਿਲਾਂ ਹੀ ਬੜਾ ਫਲਾਤੂ ਹੁੰਦਾ ਸੀ ਬਿਦੀ ਚੰਦ ਕਾਵਾਂ ਦੇ ਘੇਰੇ ਉੱਲੂ ਵਾਂਗ ਸੁਪਨਾਵਲ ਬਿਟਰ ਬਿਟਰ ਵੇਖ ਰਿਆ ਸੀ ਅੰਦਰੋਂ ਚਾਹੁੰਦਾ ਸੀ ਲੋਕ ਚਲੇ ਜਾਣ ਐ ਕਿੰਨਾ ਕਚਿਰ ਖੜੇ ਰਹਿਣਗੇ ਪਹਿਲਾਂ ਆਏ ਜਾਣ ਲੱਗੇ ਕੋਈ ਹੋਰ ਨਵਾਂ ਆ ਖੜਦਾ ਹੌਲੀ ਹੌਲੀ ਪੰਜ ਛੇ ਉਹਦੀ ਟਾਣੀ ਦੇ ਬੇਲੀ ਰਹਿ ਗਏ ਫਖਰ ਮਾਗੀ ਨੱਥਾ ਆਲਾ ਜਗਤਾ ਤੇ ਕੀਰਤਨੀਆਂ ਦਾ ਬਿਆੰਤ ਹੋਣਾ ਧਾਤੂ ਨੇ ਵੀ ਉਹਨਾਂ ਦੇ ਨਾਲ ਹੀ ਸੀ ਪਰ ਉਹ ਆਪਣੇ ਸੌਰੀ ਗਿਆ ਸੀ ਬੋਲਿਆਂ ਦਾ ਆਲਾ ਨਲਕੇ 'ਚ ਪਾਣੀ ਪਾ ਕੇ ਗੇੜਨ ਲੱਗਾ ਦੋ ਤਿੰਨ ਵਾਰ ਹੱਥੀ ਭਾਰੀ ਹੋਈ ਲੱਗਦਾ ਸੀ ਪਾਣੀ ਚੱਕਿਆ ਜਾਊ ਪਰ ਫੇਰ ਹੱਥੀ ਰੈਲੀ ਹੋ ਜਾਂਦੀ ਠਕ ਠਕ ਵੱਜਣ ਲੱਗਦੀ ਬੋਕੀ ਸੁੱਕ ਗਈ ਆਲੇ ਨਵੀਂ ਪਾਣੀ ਪਾਉ ਬਿਆਨਤ ਨੇ ਕਿਹਾ ਅਜੇ ਤੱਕ ਵਿਧੀ ਚੰਦ ਕੁਛ ਨਹੀਂ ਸੀ ਬੋਲਿਆ ਹਰੋ ਤਾਈ ਦੇ ਉਹਦੇ ਪਾਪੇ ਦੇ ਮਰਨ ਬਾਰੇ ਦੱਸਣ ਕਰਕੇ ਉਹ ਹੱਕਾ ਬੱਕਾ ਰਹਿ ਗਿਆ ਸੀ ਅਜੇ ਤੱਕ ਆਪਣੇ ਆਪ ਨੂੰ ਸਹਿਜ ਨਹੀਂ ਸੀ ਕਰ ਸਕਿਆ ਇੱਕ ਗੱਲ ਉਹ ਹੋਰ ਵੀ ਹੈਰਾਨ ਹੋ ਜਾਂਦਾ ਸੀ ਉਹ ਮੈਂ ਤਾਂ ਉਹੀ ਵਿਧੀਆ ਇਹ ਕਿਉਂ ਆ ਕਾ ਤੂੰ ਡੋਰ ਪਰ ਜੇ ਹੋਈ ਜਾਂਦੇ ਨੇ ਮੈਨੂੰ ਵੇਖ ਕੇ ਮੈਂ ਰੋਟੀਆਂ ਫੜ ਲਿਆ ਵਾ ਵਿਦੀ ਚੰਦਾ ਫੇਰ ਆਪਾਂ ਕਰਦੇ ਆ ਗੱਲਾਂ ਆਕੇ ਨੱਥਾ ਉੱਠ ਖੜਾ ਹੋਇਆ ਰੋਟੀ ਤੇ ਹਰੋਤਾਈ ਕਹੇਗੀ ਮੈਂ ਲੈ ਕਰ ਆਉਂ ਵਿਦੀ ਚੰਦ ਦੀ ਬੋਲੀ ਸੁਣ ਕੇ ਸਾਰੇ ਇੱਕ ਦੂਜੇ ਵੱਲ ਝਾਕੇ ਤੂੰ ਫੌਜੀ ਕਿਵੇਂ ਬਣ ਗਿਆ ਯਾਰ ਅਸੀਂ ਤਾਂ ਤੈਨੂੰ ਪਾਖਰ ਨੇ ਮਾਗੀ ਦੇ ਹੁੱਜ ਮਾਰ ਕੇ ਬੋਲਣੋਂ ਰੋਕ ਲਿਆ ਵਿਦੀ ਚੰਦ ਮਾਮੂਲੀ ਜਿਹਾ ਹੱਸਿਆ ਸਭ ਕੁਝ ਬਤਾਉਂਗਾ ਪਹਿਲੇ ਟਰੰਕ ਇਧਰ ਮੇਰੀ ਤਰਫ ਕਰੋ ਫਕਰ ਨੇ ਟਰੰਕ ਖਿੱਚ ਕੇ ਵਿਧੀ ਚੰਦ ਦੇ ਨੇੜੇ ਕਰਤਾ ਉਸ ਉੱਪਰ ਚਿੱਟੇ ਰੰਗ ਨਾਲ ਵਿਧੀ ਚੰਦ ਖੁਰਾਣਾ ਲਿਖਿਆ ਹੋਇਆ ਸੀ ਵਿਧੀ ਚੰਦ ਨੇ ਟਰੰਕ ਦਾ ਜ਼ਿੰਦਾ ਖੋਲਿਆ ਢੱਕਣ ਚੁੱਕ ਕੇ ਕੱਪੜਿਆਂ ਹੇਠੋਂ ਰਾਮ ਦੀ ਬੋਤਲ ਕੱਢ ਲਈ ਫਿਰ ਸਾਰਿਆਂ ਵੱਲ ਝਾਕ ਕੇ ਬੋਲਿਆ ਜਵਾਨ ਗਲਾਸਾਂ ਦਾ ਬੰਦੋਬਸਤ ਕਰਨਾ ਪਾਏਗਾ ਰਾਮ ਦੀ ਬੋਤਲ ਵੇਖ ਕੇ ਬਿਸ਼ਨਤ ਛਾਲ ਮਾਰ ਕੇ ਉੱਠਿਆ ਉਹਦਾ ਘਰ ਸਭ ਤੋਂ ਨੇੜੇ ਸੀ ਏ ਘੋੜੀ ਵਾਂਗ ਰੇਵੀਏ ਪੈ ਗਿਆ दारू ਪੀਂਦੇ ਵੇਖ ਕੇ ਹਰੋਤਾਈ ਨੇ ਬਾਹਰ ਖੜ ਕੇ ਹੀ ਆਵਾਜ਼ ਦਿੱਤੀ ਤੇ ਰੋਟੀ ਫੜਾ ਕੇ ਮੁੜ ਗਈ ਬੇਅੰਤ दारू ਨਹੀਂ ਪਿੰਦਾ ਸੀ ਪਰ ਗੱਲਾਂ ਦਾ ਉਹਨੂੰ ਚਸਕਾ ਸੀ ਹੁਣ ਵੀ ਦੂਸਰੇਆਂ ਨਾਲ ਵਿਧੀ ਚੰਦ ਨਾਲ ਉਹਦਾ ਜ਼ਿਆਦਾ ਲਿਹਾਜ਼ ਸੀ ਰੰਮ ਦੀ ਦੂਜੀ ਬੋਤਲ ਵੀ ਅੱਧੀ ਹੋ ਗਈ ਬਾਹਰ ਮੌਸਮ ਵੀ ਗਰਮ ਸੀ ਤੇ ਰੰਮ ਵੀ ਗਰਮ ਮਾਗੀ ਦੀ ਜੀਬ ਸ਼ਰਾਬੀ ਹੋਣ ਲੱਗੀ ਪੱਖਰ ਉਦੋਂ ਤੋਂ ਹੀ ਪਿੰਡ ਦਾ ਹਾਲ ਸੁਣਾ ਰਿਆ ਸੀ ਬਿਸ਼ਨੇ ਦਾ ਵਿਆਹ ਹੋ ਗਿਆ ਆਲੇ ਦੇ ਤਾਂ ਇੱਕ ਮੁੰਡਾ ਵੀ ਐ ਉਹ ਕਦੇ ਵੇੜੇ ਦੀਆਂ ਗੱਲਾਂ ਲੈ ਤੁਰਦਾ ਕਦੇ ਲੋਹਾਰਾਂ ਤਰਖਾਣਾਂ ਦੀਆਂ ਕਦੇ ਗੁਰਦੁਆਰੇ ਦੇ ਭਾਈ ਦੀਆਂ ਫਿਰ ਉਹਨੇ ਮਾਗੀ ਨੂੰ ਛੇੜਿਆ ਵਿਧੀਆਂ ਕੱਲਾ ਮੱਗਿਓ ਛੜਿਆ ਅਜੇ ਤਾਈਂ ਨਹੀਂ ਤਾਂ ਸਾਰਿਆਂ ਨੇ ਇੱਧਰ ਉੱਧਰ ਜੁਗਾੜ ਕੀਤਾ ਹੋਇਆ ਜਿਹੜੀ ਦੱਸਣ ਵਾਲੀ ਗੱਲ ਐ ਉਹ ਤਾਂ ਦੱਸੀ ਨਹੀਂ ਵਿਧੀਏ ਨੂੰ ਆਲਾ ਟੇਢੀ ਆੱਖ ਨਾਲ ਵਿਧੀ ਚੰਦ ਵੱਲ ਝਾਕਿਆ ਪਾਖਰ ਨੇ ਅੱਖਾਂ ਦੇ ਪਰਵੱਟੇ ਨਚਾ ਕੇ ਪੁੱਛਿਆ ਕਿਹੜੀ ਸਿੰਗਾਪੁਰੀਏ ਦੀ ਸਿੰਗਾਪੁਰੀਆਂ ਦੀ ਬੀਬੂ ਵੀ ਤਾਂ ਵੀ ਆਈ ਗਈ ਆਖੇ ਵਾਲੇ ਨੇ ਗਲਾਸ ਖਾਲੀ ਕਰਤਾ ਵਿਧੀ ਚੰਦ ਨੇ ਕੋਈ ਪ੍ਰਤੀਕਰਮ ਨਾ ਵਿਖਾਇਆ ਜਗਤੇ ਨੇ ਕਿਹਾ ਵਿਧੀਆ ਲਾਲਾ ਤੈਨੂੰ ਢੀਕਦਾ ਤੁਰ ਗਿਆ ਸ਼ਰਾਬੀ ਹੋਇਆ ਵਿਧੀਚੰਦ ਰੋਣ ਲੱਗ ਪਿਆ। ਮਾਹੌਲ ਇੱਕਦਮ ਸੰਜੀਦਾ ਤੇ ਬੋਝਲ ਹੋ ਗਿਆ। ਬਿਆੰਤ ਨੇ ਮੌਕਾ ਸੰਭਾਲਦਿਆਂ ਸਥਿਤੀ ਨੂੰ ਦੂਸਰੀ ਪੱਟੜੀ ਤੇ ਪਾਉਣ ਲਈ ਪੁੱਛਿਆ। ਵਿਧੀਆ ਤੂੰ ਐ ਕਿੱਧਰ ਲੋਪ ਹੋ ਗਿਆ ਸੀ ਚੰਨ ਚੱਕ? ਘਰੋਂ ਤਾਂ ਤੂੰ ਕਣਕ ਪਿਹਾਉਣ ਗਿਆ ਸੀ। ਫੌਜੀਆਂ ਦਾ ਦਾਣਾ ਪਾਣੀ ਲੈ ਗਿਆ ਖਿੱਚ ਕੇ। ਆਖਦੇ ਆ ਵਿਧੀਚੰਦ ਨੇ ਅੱਖਾਂ ਪੁੰਝੀਆਂ। ਉਹ ਅਸੀਂ ਤਾਂ ਧੀਰੇ ਤੇ ਸ਼ੱਕ ਕਰਦੇ ਰਹੇ ਵੀ ਬੀਬੋ ਵਾਲੀ ਹੱਦ ਤੱਕ ਮੰਨ ਕੇ ਖਪਾਤਾ ਸਾਡਾ ਯਾਰ ਕਿਧਰੇ? ਭੱਖਰ ਬੋਲਿਆ। ਬਸ ਕੀ ਬਤਾਉਂ ਵਿਧੀ ਚੰਦ ਨਾਲ ਵਿਧੀ ਬਣਦੀ ਗਈ ਜਦ ਮੈਂ ਪਿੰਨ ਲੈ ਕੇ ਗਿਆ ਤਾਂ ਮੈਨੂੰ ਇੱਕ ਜਣੇ ਨੇ ਰਾਹ 'ਚ ਦੱਸਿਆ ਧੀਰਾ ਤੈਨੂੰ ਖੋਜ ਰਿਹਾ ਮੈਂ ਸਮਝ ਗਿਆ ਚੱਕੀ 'ਤੇ ਭੀੜ ਬੜੀ ਸੀ ਅੱਧੀ ਰਾਤ ਨੂੰ ਆਣੀ ਸੀ ਵਾਰੀ ਮੈਂ ਸਾਈਕਲ ਕੰਧ ਨਾਲ ਟਿਕਾ ਕੇ ਬੈਠ ਗਿਆ ਉੱਥੇ ਦੋ ਤਿੰਨ ਮੁੰਡੇ ਗੱਲਾਂ ਕਰਦੇ ਸੀ ਫਿਰੋਜ਼ਪੁਰ ਭਾਰਤੀ ਖੁੱਲੀ ਹੋਈ ਹੈ ਮਨ 'ਚ ਆਇਆ ਪਿੰਡ ਧੀਰੇ ਨਾਲ ਹੁਣ ਪੰਗਾ ਤਾਂ ਪੜੇਗਾ ਹੀ ਭਾਰਤੀ ਹੋ ਕੇ ਦੇਖਦੇ ਆ ਮੰਡੀ ਜਾ ਕੇ ਫਿਰੋਜ਼ਪੁਰ ਵਾਲੀ ਬੱਸ ਪਕੜ ਲਈ ਤੇ ਕਣਕ ਅਲੇ ਨੇ ਹੈਰਾਨੀ ਨਾਲ ਪੁੱਛਿਆ ਜਦ ਪਿੱਛੇ ਮੁੜਿਆ ਤਾਂ ਮੈਂ ਰਸਤੇ 'ਚ ਬੂਰੀ ਵਿੱਚ ਸੇਰ ਕਮਿੱਟੀ ਪਾ ਲਈ ਤੇ ਇੱਕ ਥਾਂ ਖੇਤ 'ਚ ਢੰਡੀਆਂ ਦੀ ਢੇਰੀ ਪਈ ਸੀ ਚਾਰਕ ਬਕੋ ਸਿੱਟਲੇ ਵਿੱਚ ਤੇ ਇੱਕ ਲਾਲੇ ਦੀ ਦੁਕਾਨ ਤੇ ਜਾ ਵੇਚੀ ਕਣਕ ਲਾਲੇ ਨੇ ਖਰੀਦ ਲਈ ਮਾਗੀ ਨੇ ਕਾਲਾ ਪੈਣੇ ਪੁੱਛਿਆ ਪਹਿਲਾਂ ਤਾਂ ਕਹਿੰਦਾ ਇੰਨੀ ਖਰਾਬ ਕਣਕ ਕਿੱਥੋਂ ਲਿਆਇਆ ਮੈਂ ਆਖਿਆ ਪੀਣ ਬਣਾਇਆ ਹੋਇਆ ਸੀ ਲਾਲਾ ਆਟਾ ਭਉਣ ਚੱਕੀ ਤੇ ਗਿਆ ਚੱਕੀ ਦਾ ਬੱਧਰ ਟੁੱਟ ਗਿਆ ਮੇਰੀ ਅੱਧੀ ਕਣਕ ਉਹਧਰ ਇੱਧਰ ਇਕੱਠੀ ਕੀਤੀ ਤਾਂ ਮਿੱਟੀ ਘੱਟਾਂ ਰਲ ਗਿਆ ਹੁਣ ਪੈਣ ਤਾਂ ਰਿਹਾ ਨਹੀਂ ਵਿਧੀ ਚੰਦ ਦੀ ਗੱਲ ਉੱਪਰ ਸਾਰੇ ਸ਼ਰਾਬੀ ਹੋਏ ਹੱਸਣ ਲੱਗੇ ਤੇ ਸਾਈਕਲ ਜਗਤੇ ਨੇ ਪੁੱਛਿਆ ਉਹ ਸਾਈਕਲ ਮੰਡੀ ਆ ਕੇ ਵੇਚਦਾ 35 ਰੁਪਏ ਹੁਣ ਵਿਧੀ ਚੰਦ ਵੀ ਹੱਸ ਪਿਆ ਭਰਤੀ ਫੇਰ ਕਿਵੇਂ ਹੋ ਗਿਆ ਨੱਥੇ ਨੂੰ ਜਿਵੇਂ ਵਿਧੀ ਚੰਦ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਫਿਰੋਜ਼ਪੁਰ ਗਿਆ ਬੱਸ ੱਡੇ ਤੋਂ ਪਤਾ ਲੱਗਿਆ ਕਿੱਥੇ ਹੁੰਦੀ ਹੈ ਭਰਤੀ ਪੈਸੇ ਕੋਲ ਸੀ ਰਿਕਸ਼ਾ ਲਿਆ ਅੱਗੇ ਦੇਖਿਆ ਮੁੰਡੇ ਕੱਪੜੇ ਇਲਾਹੀ ਕਤਾਰ 'ਚ ਖੜੇ ਐ ਮੈਂ ਵੀ ਕਮੀਜ਼ ਲਾ ਕੇ ਜਾ ਖੜਾ ਵਾਰੀ ਆਉਣ ਤੋਂ ਪਹਿਲਾਂ ਮੇਰਾ ਕਦ ਮਿਣੀਆ ਫਿਰ ਛਾਤੀ ਮਿਣੀ ਫਿਰ ਅਫਸਰਾਂ ਦਾ ਸਾਹ ਅੰਦਰ ਖਿੱਚ ਬਾਹਰ ਛੱਡ ਆਪਾਂ ਕੋਡੀ ਤਾਂ ਖੇਡਦੇ ਸੀ ਮੈਨੂੰ ਵੇਖ ਕੇ ਫੌਜੀ ਆਂਦਾ ਜਵਾਨ ਵੈਰੀ ਗੁੱਡ ਫਿਰ ਉਹਨੇ ਇੱਕ ਹੋਰ ਸਾਹ ਵਾਲੇ ਇਸ਼ਾਰਾ ਕੀਤਾ ਕੋਈ ਕੋ ਫਾਰਮ ਭਰਨ ਲੱਗਾ ਕਿੰਨੀਆਂ ਪੜਿਆ ਜਵਾਨ 8ਵੀਂ ਤੱਕ ਸਾਹਿਬ ਮੈਂ ਦੱਸਿਆ ਉਨੇ ਪੁੱਛਿਆ ਪਾਸ ਕੇ ਫੇਲ ਮੈਂ ਝੂਠ ਮਾਰਿਆ ਸਭ ਇਮਤਿਹਾਨਾਂ ਵੇਲੇ ਮੇਰੀਆਂ ਅੱਖਾਂ ਦੁਖਣੀਆਂ ਆ ਗਈਆਂ ਇਮਤਿਹਾਨ ਦਿੱਤਾ ਨਹੀਂ ਗਿਆ ਨਹੀਂ ਤਾਂ ਮੈਂ ਪੂਰੀ ਜਮਾਤ ਚੋਂ ਪਹਿਲੇ ਨੰਬਰ ਤੇ ਹੋਣਾ ਸੀ ਉਹ ਸਾਭਿਆਂ ਦਾ ਵੈਰੀ ਗੁੱਡ ਜਵਾਨ ਇਸ ਗੱਲ ਉੱਪਰ ਫੇਰ ਸਾਰੇ ਹੱਸਣ ਲੱਗੇ ਫਿਰ ਹੁਣ ਸਾਰਿਆਂ ਨੂੰ ਵਿਧੀ ਚੰਦੀਆਂ ਗੱਲਾਂ ਦਾ ਸਵਾਦ ਆਉਣ ਲੱਗਾ ਫਿਰ ਉਹ ਸਾਭ ਨੇ ਮੈਨੂੰ ਇੱਕ ਕਮਰੇ ਚ ਜਾਣ ਦਾ ਇਸ਼ਾਰਾ ਕੀਤਾ ਤੇ ਮੈਨੂੰ ਇੱਕ ਫਾਰਮ ਫੜਾ ਦਿੱਤਾ ਉਸ ਕਮਰੇ ਚ ਇੱਕ ਡਾਕਟਰ ਸੀ ਪਹਿਲਾਂ ਉਹਨੇ ਮੈਨੂੰ ਇੱਕ ਤਖਤੀ ਜਿਹੇ ਉੱਪਰ ਲੇਕ ਕੇ ਟੰਗੇ ਅੱਖਰ ਪੜਾ ਕੇ ਵੇਖੇ ਫਿਰ ਮੇਰੇ ਕੰਨਾਂ ਚ ਤਿੱਖੇ ਮੂੰਹ ਵਾਲੀ ਬੈਟਰੀ ਮਾਰੀ ਫਿਰ ਕਹਿੰਦਾ ਨੀਕਰ ਉਤਾਰੋ ਜਵਾਨ ਮੈਂ ਹੈਰਾਨ ਕਮੀਜ਼ ਤਾਂ ਪਹਿਲਾਂ ਹੀ ਲਾਇਆ ਹੋਇਆ ਸੀ ਇੰਨੇ ਨੰਗੇ ਤਾਂ ਆਪਾਂ ਨਹਾਉਣ ਲੱਗੇ ਨਹੀਂ ਹੁੰਦੇ ਮੈਨੂੰ ਚੁੱਪ ਖੜਾ ਵੇਖ ਕੇ ਉਹਨੇ ਫਿਰ ਕਿਹਾ ਜਵਾਨ ਨੀਕਰ ਉਤਾਰੋ ਮੈਂ ਡਾਕਟਰ ਵੱਲ ਵੇਖਿਆ ਉਹ ਸੁੱਕਿਆ ਜਾ ਸੀ ਸੋਚਿਆ ਜੇ ਕੋਈ ਗਲਤ ਹਰਕਤ ਕੀਤੀ ਤਾਂ ੇਠਾਂ ਸੁੱਟ ਲਊ ਮੈਂ ਨਾਲਾ ਖੋਲ ਕੇ ਨਿੱਕਰ ਛੱਡਤੀ ਉਹ ਮੇਰੇ ਪੈਰਾਂ ਚ ਾੜ ਗਈ ਸ਼ਰਮ ਨਾਲ ਮੇਰੇ ਨੀਵੀ ਪੈ ਗਈ ਡਾਕਟਰ ਕਹਿੰਦਾ ਜਵਾਨ ਅੱਗੇ ਨੂੰ ਝੁਕੋ ਫਿਰ ਡਾਕਟਰ ਨੇ ਪਿੱਛੋਂ ਦੋਵੇਂ ਪਾਸੇ ਬਾਹਰ ਖਿੱਚ ਕੇ ਖੰਗਣ ਲਈ ਕਿਆ ਦੋ ਤਿੰਨ ਵਾਰ ਮੈਨੂੰ ਖੰਗਣਾ ਪਿਆ ਸਾਰੇ ਜਣੇ ਸਾਹ ਰੁੱਕ ਕੇ ਬਿਧੀ ਚੰਦ ਦੀ ਫੌਜੀ ਭਰਤੀ ਵਾਰਤਾ ਸੁਣ ਰਹੇ ਸੀ ਫਿਰ ਬਿਆੰਤ ਦੇ ਚਿਹਰੇ ਤੇ ਖਚਰੀ ਮੁਸਕਾਨ ਸੀ ਉਹਨੂੰ ਮਜ਼ਾ ਆ ਰਿਹਾ ਸੀ ਉਹਨੂੰ ਤਾਂ ਐਉਂ ਦਿੱਸਦਾ ਸੀ ਜਿਵੇਂ ਬਿਧੀ ਚੰਦ ਜਿਵੇਂ ਡਾਕਟਰ ਸਾਹਮਣੇ ਕੋਡਾ ਹੋਇਆ ਖੰਗੀ ਜਾ ਰਿਹਾ ਫਿਰ ਕੀ ਮੈਂ ਭਰਤੀ ਹੋ ਗਿਆ ਇੱਕ ਸਾਹਬ ਨੇ ਕਿਹਾ ਜਿਹੜੇ ਜਵਾਨ ਘਰ ਰਿਪੋਰਟ ਕਰਨਾ ਚਾਹੁੰਦੇ ਨੇ ਘਰ ਆਉਣ ਤੇ ਕੱਲ ਸ਼ਾਮ ਤੱਕ ਰੇਲਵੇ ਸਟੇਸ਼ਨ ਉੱਪਰ ਪੁੱਜ ਜਾਣਾ ਆਪਾਂ ਤਾਂ ਸਟੇਸ਼ਨ 'ਤੇ ਹੀ ਜਾ ਬੈਠੇ ਘਰ ਕਿਨੇ ਆਉਣਾ ਸੀ ਅਗਲੇ ਦਿਨ ਰਾਤ ਵੇਲੇ ਗੱਡੀ ਦਿੱਲੀ ਨੂੰ ਚੱਲ ਪਈ ਫਿਰ ਦਿੱਲੀ ਤੋਂ ਅੱਗੇ ਹైదరాబాద్ ਮੈਨੂੰ ਤੋਪਖਾਨੇ 'ਚ ਭਰਤੀ ਕਰ ਲਿਆ ਸਿੱਧਾ ਹੀ ਤੋਪਖਾਨੇ 'ਚ ਬਿਸਨੇ ਨਿਹਰਾਨੀ ਨਾਲ ਪੁੱਛਿਆ ਵਿਦੀ ਚੰਦ ਹੱਸਿਆ ਸਿੱਧਾ ਥੋੜਾ ਕੀ ਯਾਰ ਪਹਿਲਾਂ ਤਾਂ 56 ਹਫ਼ਤੇ ਦੀ ਟ੍ਰੇਨਿੰਗ ਹੋਈ ਸਵੇਰੇ 6 ਵਜੇ ਉਠਾ ਲੈਂਦੇ ਸੀ ਜਵਾਨ ਦੌੜ ਕੇ ਚਲੇਗਾ 1 ਵਜੇ ਤਾਈਂ ਮੁਰਕਾ ਚੁਆ ਦਿੰਦੇ ਸਰਦੀਆਂ ਚ ਵੀ ਭਿਆਉ ਹੋ ਜਾਂਦੇ ਸੀ ਫਿਰ ਦੁਪਹਿਰ ਦਾ ਖਾਣਾ ਜਵਾਨ ਆਪਣੀ ਥਾਲੀ ਗਲਾਸ ਚੁੱਕਦਾ ਮੈਸੇਜ ਚ ਜਾ ਖੜਦਾ ਭਾਈ ਇਹ ਤੇਰੀ ਮੈਸ ਕੀ ਹੋਈ ਯਾਰ ਮਾਗੀ ਨਹੀਂ ਟੋਕਿਆ ਉਹ ਮੈਸ ਨਹੀਂ ਮੈਸ ਆਪਣੇ ਰਸੋਈ ਨਹੀਂ ਹੁੰਦੀ ਚੌਂਕਾ ਚੁੱਲਾ ਸਮਝ ਲਓ ਭਈ ਖਾਣ ਵਾਲੇ ਕਮਰੇ ਚ ਜਾ ਖੜਦੇ ਵਿਧিয়ে ਨੇ ਹੱਸਦਿਆਂ ਕਿਆ ਆਹ ਹੋਈ ਨਾ ਗੱਲ ਐਵੇਂ ਫੌਜੀ ਬੋਲੀ ਚ ਬੋਲੀ ਜਾਣੇ ਹੁਣ ਬਾਰਡਰ ਤੋਂ ਪਿੱਛੇ ਆ ਜਾ ਕੋਠਿਆਂ ਚ ਆਲੇ ਨੇ ਆਪਣੀ ਛੁਰਲੀ ਛੱਡੀ ਆਇਆ ਤਾਂ ਹੋਇਆ ਰੋਟੀ ਖਾਣ ਤੋਂ ਪਿਛੋਂ 2:30 ਵਜੇ ਫਿਰ ਵਿਸਲ ਵੱਜ ਜਾਣੀ ਸਾਰੇ ਦੌੜਦੇ ਜੇ ਕੋ ਪਿੱਛੇ ਰਹਿ ਜਾਂਦਾ ਸੂਬੇਦਾਰ ਸਿੱਧੀਆਂ ਗਾਲਾਂ ਭੈਣ ਮਾਦਰ ਇੱਥੇ ਸਸੂਰਾ ਲა ਸੁਈ ਦੇ ਨੱਕੇ ਵਿੱਚੋਂ ਦੀ ਜਿਵੇਂ ਧਾਗਾ ਖਿੱਚੀਦਾ ਨਾ ਇਸ ਤਰ੍ਹਾਂ ਫੌਜੀ ਜਵਾਨ ਨੂੰ ਡਿਸਪਲਿਨ ਵਿੱਚੋਂ ਦੀ ਖਿੱਚ ਦਿੰਦੇ ਆ ਪੂਰੇ 56 ਹਫ਼ਤੇ ਬਾਅਦ ਕਸਮ ਪਰੇਡ ਹੁੰਦੀ ਹੈ ਉਗੀ ਹੁੰਦੀ ਹੈ ਪਾਕਰ ਨੇ ਪੁੱਛਿਆ ਸਾਰੇ ਜਵਾਨ ਇੱਕ ਸਾਥ ਕਸਮ ਖਾਂਦੇ ਨੇ ਅਸੀਂ ਪਾਣੀ ਮੇਂ ਹਵਾ ਮੇਂ ਜ਼ਮੀਨ ਕੇ ਨੀਚੇ ਜਹਾਂ ਵੀ ਹਮੇਂ ਜਾਣੇ ਕਾ ਹੁਕਮ ਮਿਲੇਗਾ ਹਮ ਜਾਏਂਗੇ ਕਸਮ ਪ੍ਰੇੜ ਤੋਂ ਬਾਅਦ ਹੀ ਫੌਜੀ ਪੂਰਾ ਫੌਜੀ ਬਣਤਾ ਹੈ ਹੁਣ ਤਾਂ ਫਿਰ ਸਾਡਾ ਵਿਧਿਆ ਪੂਰਾ ਫੌਜੀ ਬਣ ਕੇ ਆਇਆ ਹੈ ਨੱਥਾ ਉਹਦੇ ਵਾਂਗੂ ਬੋਲਣ ਦੀ ਨਕਲ ਕਰਕੇ ਹੱਸਿਆ ਮੈਂ ਤਾਂ ਜੰਗ ਵੀ ਲੜ ਕੇ ਆਇਆ ਸਾਡੀ ਫੌਜ ਪਾਕਿਸਤਾਨ ਚ 30 35 ਮੀਲ ਅੰਦਰ ਚਲੀ ਗਈ ਸੀ ਧੰਨਵਾਦ